ਕਹਿੰਦਾ ਦਬਕੇ ਦੇ ਨਾਲ ਮੰਗਦੇ ਹੋ ਤੁਸੀਂ ਹੈ ਨਾ, ਅਸੀਂ ਤਾਂ ਨਹੀਂ ਦਿੰਦੇ। ਸਿੱਧੂ ਬਾਈ ਦੀ ਆਪਾਂ ਸਪੋਰਟ ਕਰਦੇ ਸੀਗੇ ਤਾਂ ਮਤਲਬ ਐਂ ਮਹਿਸੂਸ ਹੋਇਆ ਵੀ ਯਾਰ ਹਾਂ ਆਪਾਂ ਸਹੀ ਬੰਦੇ ਦੀ ਸਪੋਰਟ ਕਰਦੇ ਸੀਗੇ। ਸੋ ਹੈਲੋ ਬਾਈ ਮੁੰਡਿਓ, ਕੀ ਹਾਲ ਚਾਲ ਆ ਬਾਈ ਤੁਹਾਡੇ ਸਾਰਿਆਂ ਦੇ? ਬਾਈ ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅਤੇ ਐਸ ਵਾਈ ਐਲ ਗਾਣਾ ਆ ਚੁੱਕਿਆ ਸਿੱਧੂ ਬਾਈ ਦਾ, 7 ਮਿੰਟ ਰਹਿ ਚੁੱਕਿਆ ਗਾਣਾ ਬਾਈ ਪ੍ਰੀਮੀਅਰ ਹੋਣ 'ਚ, ਅਤੇ 42,943 ਬੰਦਾ ਵੇਟ ਕਰ ਰਿਹਾ ਹੈ ਨਾ, 42,943 ਬੰਦਾ, ਜਾਣੀ ਕਿ ਕੋਈ ਛੋਟਾ ਨੰਬਰ ਨਹੀਂ ਹੈਗਾ ਇਹ। ਅਤੇ ਜਿਹੜੇ ਬਾਈ ਆਹ ਸਾਈਡ 'ਤੇ ਆ ਹੈ ਨਾ, ਆਹ ਸਾਈਡ 'ਤੇ ਚੈਟ ਚੱਲ ਰਹੀ ਹੈਗੀ ਹੈ ਨਾ, ਇਹਦੇ 'ਤੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਹੈ ਨਾ, ਅਤੇ ਸਾਰੇ ਸੋਚ ਰਹੇ ਵੀ ਬਾਈ ਮਤਲਬ ਇਹਦੇ 'ਚ ਕਮੈਂਟ ਕਰਨ ਨਾਲ ਆਪਾਂ ਕਮੈਂਟ ਵਧਾ ਰਹੇ ਹੈਗੇ ਹੈ ਨਾ ਵੀਡੀਓ ਦੇ, ਪਰ ਬਾਈ ਇਹ ਚੈਟ ਆ ਗਈ, ਇਹਦੇ ਵਿੱਚ ਕਮੈਂਟ ਜਿੰਨੇ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ, ਕਮੈਂਟ ਕੀਤਾ ਦਾ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਜਾਣਾ ਕਮੈਂਟਾਂ ਨੂੰ। ਤੁਸੀਂ ਕਮੈਂਟ ਕਿੱਥੇ ਕਰਨਾ? ਤੁਸੀਂ ਇੱਥੇ ਥੱਲੇ ਕਮੈਂਟ ਬਾਕਸ ਬਣਿਆ ਹੁੰਦਾ ਇੱਥੇ ਸਪੈਸ਼ਲ, ਇੱਥੇ ਆਹ ਦੇਖੋ ਮੈਂ ਵੀ ਕਮੈਂਟ ਕੀਤਾ, ਇੱਥੇ ਵੀ ਇੱਧਰ ਕਮੈਂਟ ਕਰੋ ਬਾਈ, ਸਾਰੇ ਚੈਟ ਨਾ ਕਰੋ, ਠੀਕ ਆ, ਇੱਧਰ ਚੈਟ ਆ ਗਈ, ਆਹ ਸਾਰੀ ਚੈਟ ਆ ਗਈ, ਠੀਕ ਆ। ਅਤੇ ਇਹਦੇ ਜਿਹੜਾ ਨੀਚੇ ਹੁੰਦਾ ਬਾਈ ਆਹ ਹੁੰਦਾ ਕਮੈਂਟ ਬਾਕਸ, ਇੱਥੇ ਸਾਰਿਆਂ ਨੇ ਕਮੈਂਟ ਕਰਨੇ ਹੈਗੇ, ਅਤੇ ਆਹ ਜਗ੍ਹਾ 'ਤੇ ਕਰਿਆ ਕਰੋ ਬਾਈ ਕਮੈਂਟ, ਫਿਰ ਮਤਲਬ ਤੁਹਾਡਾ ਕਮੈਂਟ ਕਾਊਂਟ ਹੋਊਗਾ। ਬਾਕੀ ਬਾਈ ਗੱਲ ਕਰੀਏ ਜੀ ਆਪਾਂ ਐਸ ਵਾਈ ਐੱਲ ਦੀ ਹੈ ਨਾ, ਅਤੇ ਮਤਲਬ ਸਟਾਰਟ ਹੋਣ ਤੋਂ ਪਹਿਲਾਂ ਆਪਾਂ ਕੁਛ ਗੱਲਾਂ ਕਰ ਲੈਂਦੇ ਹਾਂ। ਐੱਸ ਵਾਈ ਐੱਲ ਦਾ ਮਤਲਬ ਫੁੱਲ ਫੋਰਮ ਹੈਗੀ ਆ ਬਾਈ ਸਤਲੁਜ ਯਮੁਨਾ ਲਿੰਕ, ਹੈ ਨਾ, ਐੱਸ ਮਤਲਬ ਸਤਲੁਜ, ਵਾਈ ਮਤਲਬ ਯਮੁਨਾ, ਐੱਲ ਮਤਲਬ ਲਿੰਕ, ਸਤਲੁਜ ਯਮੁਨਾ ਲਿੰਕ ਨਹਿਰ ਹੈ ਨਾ। ਇਹ ਜਿਹੜੀ ਨਹਿਰ ਸੀਗੀ ਬਾਈ ਮਤਲਬ ਇਹ ਨਹਿਰ ਬਣੀ ਸੀਗੀ ਜਿਹੜਾ ਪੰਜਾਬ ਦਾ ਪਾਣੀ ਆ ਹੈ ਨਾ, ਉਹਨੂੰ ਹਰਿਆਣੇ ਨੂੰ ਦੇਣ ਵਾਸਤੇ ਹੈ ਨਾ, ਉਹ ਵੀ ਫਰੀ ਦੇ ਵਿੱਚ, ਅਤੇ ਹੋਰ ਸਟੇਟਾਂ 'ਚ ਵੀ ਜਾ ਸਕਦਾ ਸੀ ਉਦੋਂ ਅੱਗੇ ਹੈ ਨਾ। ਅਤੇ ਇਹ ਬਈ ਮਤਲਬ ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ ਸੀਗਾ ਇਹਦਾ, ਅਤੇ ਸੁਰਜੀਤ ਸਿੰਘ ਬਰਨਾਲਾ ਦੀ ਉਦੋਂ ਸਰਕਾਰ ਸੀਗੀ ਪੰਜਾਬ 'ਚ, ਅਤੇ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਇਹ ਬਣਾਉਣ ਦੀ। ਅਤੇ ਬਾਕੀ ਬਈ ਸਾਰਾ ਕੁਛ ਮਤਲਬ ਵੀਡੀਓ ਦੇ ਵਿੱਚ ਹੀ ਗੱਲ ਕਰਾਂਗੇ ਆਪਾਂ ਹੈ ਨਾ। ਅਤੇ ਬਾਕੀ ਬਈ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਬਾਈ, ਬਹੁਤ ਜ਼ਿਆਦਾ ਕਮੈਂਟ ਆਉਂਦੇ ਹੈਗੇ ਵੀ ਬਾਈ ਤੂੰ ਪੌਜ਼ ਬਹੁਤ ਕਰਦਾ ਹੈ ਨਾ ਵੀਡੀਓ ਨੂੰ, ਜੋ ਚਲਾਉਂਦਾ ਗਾ ਪੌਜ਼ ਬਹੁਤ ਕਰਦਾ ਬਾਈ, ਉਹ ਮਜਬੂਰੀ ਹੈ, ਕਰਨੀ ਪੈਂਦੀ ਹੈ ਪਹਿਲੀ ਗੱਲ ਤਾਂ ਹੈ ਨਾ। ਮੈਨੂੰ ਐਂ ਹੁੰਦਾ ਵੀ ਮੈਂ ਜਿੰਨਾ ਵੀ ਦੱਸ ਸਕਦਾ ਗਾ ਉਨਾ ਦੱਸਾਂ ਹੈ ਨਾ ਵੀਡੀਓ ਦੇ ਵਿੱਚ, ਅਤੇ ਇਸ ਕਰਕੇ ਬਾਈ ਥੋੜ੍ਹੀ ਜਿਹੀ ਪੌਜ਼ ਕਰਨੀ ਪੈਂਦੀ ਆ। ਜਿਹੜੇ ਬਾਈ ਨੇ ਮਤਲਬ ਗਾਣਾ ਸੁਣਨਾ ਹੈ ਨਾ, ਗਾਣੇ ਦਾ ਲਿੰਕ ਬਾਈ ਥੱਲੇ ਹਰੇਕ ਗਾਣੇ ਦਾ ਮਤਲਬ ਥੱਲੇ ਦੇ ਦਿਆ ਕਰੂੰਗਾ ਲਿੰਕ ਡਿਸਕ੍ਰਿਪਸ਼ਨ 'ਚ, ਅਤੇ ਉੱਥੋਂ ਜਾ ਕੇ ਤੁਸੀਂ ਗਾਣਾ ਸੁਣ ਸਕਦੇ ਹੋ ਹੈ ਨਾ। ਪਰ 4-3-2-1-0 ਪੰਜਾਬ ਦੇ ਅੰਦਰ ਹਮਾਰੀ ਸਰਕਾਰ ਆ ਗਈ ਹੈ, 2024 ਮੇਂ ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ ਹੈ, 2025 ਮੇਂ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ। ਹਰ ਖੇਤ ਮੈਂ ਪਾਣੀ ਪਹੁੰਚੇਗਾ ਹੈ ਨਾ, ਇਹ ਹਰਿਆਣੇ ਦੇ ਕਿਸੇ ਮੰਤਰੀ ਨੇ ਕਿਹਾ ਹੈ ਨਾ, ਜਾਂ ਕਿਸੇ ਨੇ ਕਿਹਾ ਬਾਈ, ਜਿਹਨੂੰ ਪਤਾ ਗਾ ਬਾਈ ਜ਼ਰੂਰ ਦੱਸਿਓ ਮੈਨੂੰ ਨਾ ਇਹ ਬੰਦੇ ਦਾ, ਅਤੇ ਮੈਂ ਸਪੀਚ ਸੁਣਨੀ ਚਾਹੂੰਗਾ ਇਹ ਵੀ ਕੀ ਹੈ ਇਹਦੇ ਵਿੱਚ ਕੀ ਨਹੀਂ ਹੈ ਨਾ। ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ, ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ, ਚੰਡੀਗੜ੍ਹ ਹਿਮਾਚਲ ਅਤੇ ਹਰਿਆਣਾ ਦੇ ਦਿਓ ਹੈ ਨਾ। ਇਹ ਸਾਰੇ ਪੰਜਾਬ 'ਚ ਸੀਗੇ ਬਾਈ, ਚੰਡੀਗੜ੍ਹ ਵੀ, ਹਿਮਾਚਲ ਵੀ ਅਤੇ ਹਰਿਆਣਾ ਵੀ ਹੈ ਨਾ, ਅਤੇ ਕਹਿੰਦਾ ਉਹ ਸਾਨੂੰ ਵਾਪਸ ਕਰ ਦਿਓ। ਭਾਈ ਭਰਪੂਰ ਸਿੰਘ ਬਲਵੀਰ ਸੀਗੇ ਹੈ ਨਾ, ਕਹਿੰਦਾ ਉਨਾ ਚਿਰ ਪਾਣੀ ਤਾਂ ਛੱਡੋ, ਕਹਿੰਦਾ ਤੁਪਕਾ ਵੀ ਨਹੀਂ ਦਿੰਦੇ, ਕਹਿੰਦਾ ਜਿੰਨਾ ਚਿਰ ਮਤਲਬ ਸਾਡਾ ਜਿਹੜਾ ਹਰਿਆਣਾ ਅਤੇ ਸਾਡਾ ਚੰਡੀਗੜ੍ਹ ਆ ਸਾਡਾ ਹਿਮਾਚਲ ਆ ਹੈ ਨਾ, ਜਿੰਨਾ ਚਿਰ ਉਹ ਸਾਨੂੰ ਵਾਪਸ ਨਹੀਂ ਦਿੰਦੇ ਉਨਾ ਚਿਰ ਪਾਣੀ ਤਾਂ ਦੂਰ ਦੀ ਗੱਲ ਆ, ਤੁਹਾਨੂੰ ਤੁਪਕਾ ਵੀ ਨਹੀਂ ਦਿੰਦੇ। ਕਿਆ ਬਾਤ ਆ ਬਾਈ, ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਹੈ, ਰਾਜੋਆਣਾ ਜੀ ਹੈ ਨਾ, ਅਤੇ ਹਵਾਰਾ ਜੀ, ਅਤੇ ਹੋਰ ਵੀ ਆ ਜਿੰਨੇ ਮਤਲਬ ਸਿੰਘ ਹੈਗੇ ਹੈ ਨਾ, ਜਿਹੜੇ ਮਤਲਬ ਆਪਦੀ ਸਜ਼ਾ ਭੁਗ ਚੁੱਕਿਆ ਹੈ ਨਾ, ਅਤੇ ਉਹਨਾਂ ਨੂੰ ਰਿਹਾਈ ਦੇ ਦਿਓ। ਕਹਿੰਦਾ ਬਾਈ ਇਹਦੇ 'ਚ ਨਾ ਇੱਕ ਕੈਚ ਹੈਗਾ ਹੈ ਨਾ, ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਦੇ ਵਿੱਚ, ਅਤੇ ਕੱਲ੍ਹ ਨੂੰ ਬਾਈ ਇਹਦੇ ਡਿਟੇਲ 'ਚ ਵੀਡੀਓ ਆਊਗੀ, ਸਾਰਾ ਕੁਝ ਤੁਹਾਨੂੰ ਦੱਸੂਗਾ ਬਈ ਮਤਲਬ ਇਹਦੇ 'ਚ ਕੀ ਰੂਲ ਆ, ਕਿਉਂ ਨਹੀਂ ਬਾਈ ਬੰਦੀ ਸਿੰਘਾਂ ਨੂੰ ਛੱਡ ਰਹੇ, ਅਤੇ ਕਿਹੜੇ ਕਾਨੂੰਨ ਦਾ ਬਾਈ ਮਤਲਬ ਸਹਾਰਾ ਲੈ ਰਹੀ ਆ ਸਰਕਾਰ ਹੈ ਨਾ, ਅਤੇ ਸਾਰਾ ਕੁਝ ਤੁਹਾਨੂੰ ਕੱਲ੍ਹ ਦੀ ਵੀਡੀਓ 'ਚ ਦੱਸੂਗਾ, ਅਤੇ ਅੱਗੇ ਦੇਖਦੇ ਆ ਬਾਈ ਗਾਣਾ। ਬਾਈ ਜਿਹੜਾ ਕੁਛ ਕਹਿ ਰਹੇ ਸੀਗੇ ਨਾ ਵੀ ਹਾਂ ਇਹ ਗਾਣੇ 'ਚ ਬਹੁਤ ਕੁਛ ਆ ਹੈ ਨਾ, ਇਹ ਗਾਣੇ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਸੈਂਸਿਟਿਵ ਚੀਜ਼ਾਂ ਬੋਲੀਆਂ ਗਈਆਂ ਹੈ ਨਾ, ਅਤੇ ਬਿਲਕੁਲ ਸਹੀ ਆ ਬਾਈ,
ਬਹੁਤ ਜ਼ਿਆਦਾ ਮਤਲਬ ਇਹੋ ਜਿਹੀਆਂ ਗੱਲਾਂ ਬੋਲੀਆਂ ਗਈਆਂ ਜਿਹੜੀਆਂ ਮਤਲਬ ਯਾਰ ਲਿਖਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਬਾਈ। ਅਤੇ ਬਾਈ ਕੋਲ ਸੀਗਾ ਬਾਈ ਜਿਗਰਾ ਇਹ ਸਾਰਾ ਕੁਛ ਬੋਲਣ ਦਾ, ਅਤੇ ਜਿੰਨੀ ਹਾਈਪ ਬਣ ਰਹੀ ਸੀ ਗਾਣੇ ਦੀ ਹੈ ਨਾ ਬਾਈ ਉਹ ਸਹੀ ਸੀਗੀ ਬਿਲਕੁਲ। ਕਿਆ ਬਾਤ ਬਾਈ, ਮਤਲਬ ਸੋਚ ਬਹੁਤ ਸਿਰਾ ਸੀਗੀ ਯਾਰ ਬੰਦੇ ਦੀ। ਅੱਗੇ ਸੁਣਦੇ ਆ ਬਾਈ। ਕਿਉਂ ਪੱਗਾਂ ਨਾ ਕਹਿੰਦਾ ਫਿਰਦਾ ਟੋਪੀ ਵਾਲਿਆ, ਇਹ ਕਿਹਨੂੰ ਕਿਹਾ ਬਾਈ? ਅਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਬਾਈ, ਪਤਾ ਸਾਰਿਆਂ ਨੂੰ ਹੀ ਆ। ਅਤੇ ਜ਼ਰੂਰ ਦੱਸਿਓ ਬਾਈ ਕਿਆ ਬਾਤ ਆ ਬਾਈ ਯਾਰ, ਬੰਦੇ ਨੇ ਯਾਰ ਮਤਲਬ ਲਿਖਣ ਵਾਲੇ ਜਮੇ ਹੀ ਚਿੱਬ ਕੱਢ ਤੇ ਹੈ ਨਾ, ਅਤੇ ਡਰ ਕੇ ਨਹੀਂ ਰਿਹਾ ਹੈ ਨਾ ਉਹਨੂੰ। ਬਾਈ ਨੂੰ ਐਂ ਥੋੜ੍ਹੀ ਪਤਾ ਸੀਗਾ ਵੀ ਜਦੋਂ ਇਹ ਗਾਣਾ ਮੈਂ ਗਾਊਂਗਾ ਤਾਂ ਮਤਲਬ ਉਦੋਂ ਮੈਂ ਹੋਊਂਗਾ ਜਾਂ ਨਹੀਂ ਹੋਊਂਗਾ ਹੈ ਨਾ ਦੁਨੀਆ 'ਤੇ ਹੈ ਨਾ। ਇਹਨੂੰ ਤਾਂ ਹੀ ਸੀਗਾ ਵੀ ਮੈਂ ਹਾਂ ਹੋਊਂਗਾ ਹੈ ਨਾ, ਅਤੇ ਫਿਰ ਵੀ ਬੰਦੇ ਨੇ ਯਾਰ ਇੰਨੀ ਹਿੰਮਤ ਕੀਤੀ ਹੈ ਨਾ, ਬਹੁਤ ਹਿੰਮਤ ਵਾਲੀ ਗੱਲ ਆ ਬਾਈ, ਬਹੁਤ ਜ਼ਿਆਦਾ ਹਿੰਮਤ ਵਾਲੀ ਗੱਲ ਆ। ਮੈਂ ਆਪਦੇ ਪਿਓ ਦੇ, ਇਹ ਬਾਈ ਕਿਹਨੇ ਕਿਹਾ ਜੀ? ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਸਪੀਚ ਵੀ ਦੇਖੀ ਸੁਣੀ ਆ ਤੁਸੀਂ ਹੈ ਨਾ। ਅਤੇ ਬੱਬੂ ਮਾਨ ਨੇ ਬਾਈ ਮਤਲਬ ਆਪਦੀ ਕਿਸੇ ਮਤਲਬ ਸਪੀਚ ਦੇ ਵਿੱਚ ਜਾਂ ਆਪਣੇ ਇੰਟਰਵਿਊ ਦੇ ਵਿੱਚ ਬਾਈ ਕਿਹਾ ਸੀਗਾ ਹੈ ਨਾ ਵੀ ਮੈਨੂੰ ਇੰਨਾ ਦੁੱਖ ਆਪਦੇ ਮਾਂ ਪਿਓ ਦੇ ਮਰੇ 'ਤੇ ਨਹੀਂ ਹੋਇਆ ਜਿੰਨਾ ਮਤਲਬ ਜਦੋਂ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ ਦਿੱਲੀ 'ਤੇ ਉਦੋਂ ਹੋਇਆ ਹੈ ਨਾ। ਅਤੇ ਮੈਨੂੰ ਨਹੀਂ ਪਤਾ ਬਾਈ ਵੀ ਮਤਲਬ ਉਹ ਬਾਈ ਨੇ ਕੀ ਸੋਚ ਕੇ ਬੋਲਿਆ ਹੈ ਨਾ, ਜਾਂ ਮਤਲਬ ਕੀ ਕਹਿਣਾ ਚਾਹੁੰਦਾ ਸੀ ਬਾਈ ਹੈ ਨਾ। ਅਤੇ ਪਰ ਬਾਈ ਮਤਲਬ ਅੱਗੇ ਦੇਖਦੇ ਹਾਂ ਬਾਈ ਕੀ ਕਹਿੰਦਾ ਯਾਰ, ਹੁਣ ਅੱਗੇ ਕਲੀਅਰ ਹੋਊਗਾ। ਨਿਸ਼ਾਨ ਝੁੱਲੇ 'ਤੇ ਕਹਿੰਦਾ ਫਿਰ ਰੋਂਦਾ ਕਿਉਂ ਸੀ ਅੜਬ ਪੰਜਾਬੀ ਹੈ, ਮਤਲਬ ਫਿਰ ਲਾ ਗਿਆ ਬਾਈ ਤਬਾ ਉਹਦੇ 'ਤੇ ਬਾਈ। ਅਤੇ ਮਤਲਬ ਯਾਰ ਚੰਗੀ ਤਰ੍ਹਾਂ ਸਰਚ ਕਰਨੀ ਪਊਗੀ ਬਾਬੇ ਉਹਦੇ ਬਾਰੇ, ਮਤਲਬ ਕੀ ਸਿਸਟਮ ਸੀਗਾ ਹੈ ਨਾ, ਅਤੇ ਕਿਉਂ ਕਿਹਾ ਗਿਆ ਸੀ, ਜਾਂ ਬਾਈ ਨੇ ਇਹ ਗੱਲ ਕਿਉਂ ਕਹੀ ਆ ਹੈ ਨਾ, ਜਾਂ ਬੱਬੂ ਮਾਨ ਬਾਈ ਨੇ ਕਿਉਂ ਉਹ ਗੱਲ ਕਹੀ ਸੀਗੀ। ਅਤੇ ਇਹਦੇ ਬਾਰੇ ਚੰਗੀ ਤਰ੍ਹਾਂ ਸਰਚ ਕਰਨੀ ਪਊਗੀ, ਫਿਰ ਹੀ ਪਤਾ ਲੱਗੂਗਾ ਵੀ ਮਤਲਬ ਕੀ ਚੱਕਰ ਹੈਗਾ ਹੈ ਨਾ ਸਾਰਾ। ਜਿਹਨੂੰ ਆਪਦੇ ਆਪਦੇ ਵਿਚਾਰ ਜ਼ਰੂਰ ਦਿਓ ਬਾਈ ਕਮੈਂਟਾਂ ਦੇ ਵਿੱਚ ਇਹਦੇ ਬਾਰੇ। ਬੜਾ ਤੱਤਾ ਚੱਲਦਾ ਸੀ ਯਾਰ, ਬੜਾ ਜ਼ਿਆਦਾ ਤੱਤਾ ਚੱਲਦਾ ਸੀ ਬੰਦਾ ਇਹ। ਅੱਗੇ ਦੇ ਮਤਲਬ ਯਾਰ ਬਾਈ ਸੱਚੀ ਕਹਿੰਦਾ ਯਾਰ, ਗਾਣਾ ਸੁਣ ਕੇ ਹੈ ਨਾ ਐਂ ਫੀਲ ਆ ਰਹੀ ਆ ਵੀ ਹਾਂ ਯਾਰ ਵੀ ਬੰਦਾ ਮਰਦਾਂ ਵਾਲਾ ਗਾਣਾ ਗਾਇਆ ਹੈ ਨਾ ਬੰਦੇ ਨੇ, ਮਤਲਬ ਮਰਦਾਂ ਵਾਲਾ ਗਾਣਾ ਲਿਖਿਆ ਅਤੇ ਮਰਦਾਂ ਵਾਲਾ ਬੰਦੇ ਨੇ ਗਾਣਾ ਗਾਇਆ ਗਾ। ਬਹੁਤ ਬਈ ਮਤਲਬ ਘੈਂਟ ਚੀਜ਼ਾਂ ਯਾਰ ਗਾਣੇ ਦੇ ਵਿੱਚ ਬਹੁਤ ਜ਼ਿਆਦਾ। ਆਹ ਬਾਈ ਕਿਹੜੇ ਮਤਲਬ ਖਾੜਕੂ ਸਿੰਘਾਂ ਦੀਆਂ ਫੋਟੋਆਂ ਸੀ ਸਾਰੀਆਂ, ਜਾਂ ਮਤਲਬ ਕੋਈ ਹੋਰ? ਦੇਖ ਮੇਰੇ ਹਿਸਾਬ ਨਾਲ ਇਹ ਖਾੜਕੂ ਸਿੰਘਾਂ ਦੀਆਂ ਹੀ ਫੋਟੋਆਂ ਸਾਰੀਆਂ। ਪਾਣੀ ਦਾ ਕੀ ਹੈ, ਪਾਣੀ ਦਾ ਪੁਲਾ ਥੱਲੋਂ ਵਗੜਾ, ਸਾਨੂੰ ਨਾਲ ਰਲਾ ਲੋ ਲੱਖ ਭਾਵੇਂ ਥੱਲੇ ਨਹੀਂ ਲੱਗਣਾ। ਕਹਿੰਦਾ ਸਾਨੂੰ ਨਾਲ ਰਲਾ ਲੋ ਲੱਖ ਭਾਵੇਂ ਪਰ ਅਸੀਂ ਥੱਲੇ ਨਹੀਂ ਲੱਗਣਾ। ਬਹੁਤ ਵੱਡੀ ਗੱਲ ਆ ਬਾਈ ਇਹ, ਕਹਿੰਦਾ ਸਾਨੂੰ ਆਪਦੇ ਨਾਲ ਰਲਾ ਲਓ ਹੈ ਨਾ, ਦੋਸਤੀ ਦਾ ਹੱਥ ਮਤਲਬ ਮਿਲਾਓ ਸਾਡੇ ਨਾਲ, ਕੋਈ ਚੱਕਰ ਵਾਲੀ ਗੱਲ ਨਹੀਂ, ਸਾਨੂੰ ਨਾਲ ਲਾਓ, ਸਾਡੇ ਤੋਂ ਕੰਮ ਲਓ ਕੋਈ ਮਰਜ਼ੀ ਇਹੋ ਜਿਹੀ ਗੱਲ ਨਹੀਂ। ਪਰ ਜੇ ਤੁਸੀਂ ਕਹੋਗੇ ਵੀ ਥੱਲੇ ਲੱਗ, ਪਰ ਥੱਲੇ ਨਹੀਂ ਅਸੀਂ ਲੱਗਦੇ ਹੈ ਨਾ। ਜਿਵੇਂ ਬਾਈ ਦੀਪ ਸਿੱਧੂ ਨੇ ਵੀ ਕਿਹਾ ਸੀਗਾ ਹੈ ਨਾ, ਕਹਿੰਦਾ ਬਿੱਲੀ ਦੁੱਧ ਪੀ ਜੇ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਜਦੋਂ ਕਹਿੰਦਾ ਮਤਲਬ ਕੋਠੇ 'ਤੇ ਖੜ੍ਹ ਕੇ ਮੁੱਛਾਈਆਂ ਨੂੰ ਮਤਲਬ ਮੁੱਛਾਈਆਂ 'ਤੇ ਹੱਥ ਮਾਰਦੀ ਆ ਉਦੋਂ ਨਹੀਂ ਝੱਲੀ ਜਾਂਦੀ। ਅਤੇ ਇਹ ਆਪਣੇ ਖੂਨ 'ਚ ਹੀ ਆ ਬਾਈ, ਇਹ ਪੰਜਾਬੀਆਂ ਦੇ ਖੂਨ 'ਚ ਇਹ ਚੀਜ਼ ਹੈਗੀ ਹੈ ਨਾ। ਕਹਿੰਦੇ ਨਹੀਂ ਹੁੰਦੇ ਵੀ ਜੱਟ ਬਾਈ ਗੰਨਾ ਨਹੀਂ ਦਿੰਦਾ ਹੈ ਨਾ, ਪੇਲੀ ਦੇ ਦਿੰਦਾ, ਮਤਲਬ ਚੱਕਰ ਸਾਰਾ ਉੱਥੇ ਆ ਕੇ ਪੈ ਜਾਂਦਾ ਗਾ ਵੀ ਆਕੜ ਨਹੀਂ ਝੱਲਣੀ ਕਿਸੇ ਦੀ ਹੈ ਨਾ। ਕਹਿੰਦਾ ਵੀ ਨਾਲ ਰਲਾ ਲਓ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਅਸੀਂ ਥੱਲੇ ਨਹੀਂ ਲੱਗਣਾ। ਕਿਆ ਬਾਤ ਆ ਬਾਈ। ਕਹਿੰਦਾ ਦਬਕੇ ਦੇ ਨਾਲ ਮੰਗਦੇ ਹੋ ਤੁਸੀਂ ਹੈ ਨਾ, ਅਸੀਂ ਤਾਂ ਨਹੀਂ ਦਿੰਦੇ। ਕਹਿੰਦਾ ਗਰਾਰੀ ਆ ਬਸ ਵੀ, ਮਤਲਬ ਜੇ ਊਂ ਮੰਗਦੇ ਹੈ ਨਾ ਤਾਂ ਵੀ ਗੱਲ ਵੱਖਰੀ ਸੀ, ਪਰ ਤੁਸੀਂ ਦਬਕੇ ਦੇ ਨਾਲ ਖੂਨ ਨੂੰ ਫਿਰਦੇ, ਅਸੀਂ ਤਾਂ ਨਹੀਂ ਦਿੰਦੇ। ਕਹਿੰਦਾ ਆਹ ਬਈ ਮਤਲਬ
मेरे हिसाब ना आह मैप दे विच दिखाया जा रहा हूँ आपां नूं तां इन्ना पता नहीं हैगा ते मैप दे विच दिखाया जा रहा हैगा शायद भी आह शायद आह नहर हैगी ओह जिहड़ी एस वाई एल बानी सीगी है ना आफ्टर 90s एमरजेंसी कल मनी रुकणी नित नवा हुण गाणा आऊ जे ना टले कहिंदा फिर बलविंदर जटाणा आऊ है ना ते भाई थोनू सच्ची गल दसा यार मैनू भी नहीं सी पता है ना बलविंदर जटाणे बारे मैं कल खबर सुन रहा सीगा है ना ते उहदे च मतलब ऐ कहा गया सीगा भी गाना लीक होया सीगा बाई दा ते उहदे विच मतलब बलविंदर जटाणे बारे गल कीती गई आ फिर मैं सर्च कीता है ना ते मैनू पता लग्या भी मतलब जिहड़ा बलविंदर जटाणा जी सीगे है ना मतलब उन्होंने जी एस वाई एल नहर बई जो बन रही थी है ना जोड़े मेन इंजीनियर से एम एस सीकरी तो एक बई औलख पता नहीं अवतार औलख हाँ अवतार औलख से है ना ये दो इंजीनियर से इन्हों मतलब जाके है ना जिते मतलब ये 26 सैक्टर के इन्हों का कोई ऑफिस है ना तो उत्थे जाके बई मतलब गोलियां मार के उन्हों का कतल करता बलविंदर सिंह जी जटाणा तो इन्हों के नाल चरणजीत सिंह चन्नी से इन्होंने बई मतलब कतल करता सीगा उन्होंने इंजीनियर का तो जिदे करके बई मतलब उदू बाद मतलब वह जोड़ा नहर का काम से उत्थी बंद हो गया है ना तो उदू बाद मतलब वह जी नहर हैगी तो वह काम दुबारे हाले तक स्टार्ट नहीं होया 91 की गल है 91 तो मन के चलो 30 साल हो गए है ना 30-32 साल तो हाले तक मतलब यार दुबारे काम वो स्टार्ट नहीं हो सकया तो जे बई भाई बलविंदर सिंह जटाणा ना होंगे है ना तो हो सकता बई भी मतलब वो नहर का काम उदों पूरा हो जाता तो हो सकता बई हूँ पंजाब का बहुत ज़्यादा नुकसान भी हो जाता है ना तो बाकी वह बई हूँ वो तो आप कुछ कह नहीं सकते पर यार इन्नी गल भी बई भाई बलविंदर सिंह जटाणा का बई बहुत वड्डा रोल हैगा एस वाई एल नूं रोकण च ते एक गल होर आ बई अपने लोगों इन्ह का बई मतलब इन्हों भुल चुके बिल्कुल है ना भाई बलविंदर सिंह जटाणा लोग भुल चुके बिल्कुल तो उन्हों की देन आपां एड्डी वड्डी आ मतलब आप उन्हों का देन दे ही नहीं सकते कदे बई भाई बलविंदर सिंह जटाणा भी यदि मतलब बहुत वड्डी कीमत चुकाउणी पई सीगी भाई बलविंदर सिंह जटाणा ने आए नहीं हैगा भी मतलब जाके गोलियां मारतियां ते काम उत्थे खत्म हो गया इत्थे ही खत्म नहीं सी होया ते इन्हां कारणां तों बाद बई मतलब बहुत वड्डी कीमत चुकाउणी पई सी बलविंदर सिंह जटाणा जी नूं उन्हां दा जिहड़ा सारा परिवार सीगा है ना ते उन्हां दी मासी जी सीगी उन्हां दे मतलब भैण सीगी है ना उहदी दादी सीगी ते भैण दा मुंडा सीगा है ना जाने कि भाणजा सीगा है ना ते भाणजे नूं पोलियो होया वा सी उन्हां सारिआं नूं भी मतलब यार घरे जा के ते उन्हां नूं मतलब अग ला के मारता सीगा है ना ते उह मारिआ सीगा अजीत सिंह पूले ने उन्हूं भी बई बाद चों मतलब दो जणिआं ने एक तां बई गग्गू सीगा है ना नवतेज गग्गू सीगा बई दा नाम ते एक सी हरजंदर पता नहीं हरचंद पता नहीं हाँ हरचंद सिंह सीगा बंदे दा नाम है ना ते उन्हां ने बई जेल च अग ला के उस तरह ते बदला लिया सीगा है ना उस तरह उन्हूं मारिआ सीगा पूले नूं जिवें उन्हें बई जटाणे दा बई दा परिवार मारिया सीगा जटाणा साहब दा परिवार मारिया सीगा जिवें उवें ही हरचंद सिंह ते गग्गू ने उन्हां नूं मारिया सीगा अगे देखदे आं बई वी की आ की नहीं गाने दे विच कहिंदा पुत्त बगाने नहरां च डेका ला दिंदे आ ते डेका उग्गियां भी पईआं बई उत्थे है ना इन्ने टाइम दा कोई काम नहीं चलिया ना उहदे च पाणी चलिया ते ना वह पक्की हुई आ इस करके बई कहिंदा डेका ला दिंदे आ कहिंदा बगाने पुत्त क्या बात आ आह बई स्पीच आ जिन्हों भी पता बई मैनू ना जरूर दस्यो आ एंड वाली स्पीच किहदी हैगी ठीक आ ते मैं सुननी हैगी इह मैं छोटा जिहा क्लिप जरूर सुनिया सीगा इहदा ते मतलब ये तुहानू मैं बैक करके सुनाउणा गा सारी ते इहदे च बहुत वधिया गल्लां कहियां गईआं सीगीआं ये इंदिरा गांधी ने कही सी ये गल है ना किसी बंदे नूं ते उहने मतलब आपदे इंटरव्यू दे विच कहा सीगा भी इंदिरा गांधी ये गल आपदे मूहों कहिंदी सीगी भी ये मैनूं छड्दे नहीं हैगे है ना सिख ये तां 600-600 साल पहलां वालीआं गल्लां नहीं भुलदे है ना ते इन्हां दा अकाल तख्त तोड़िआ ते बदला जरूर लैणगे मने इंदिरा जी को ये इल्हाम था के मारेंगे और उन्होंने मारा जनरल कहिंदा भी उहनूं पता सीगा इंदिरा गांधी नूं भी ये मैनूं मारनगे ते उन्होंने मारिआ भी जनरल वैद्या नूं कहिंदा पूना जाके मारिया है ना भाई सुखा ते भाई जिंदा जी ने ते उन्होंने बई उत्थे जाके पूना जाके मारिया सीगा
ਜਨਰਲ ਵੈਦਿਆ ਨੂੰ, ਜਨਰਲ ਡਾਇਰ ਨੂੰ ਲੰਡਨ ਵਿੱਚ ਜਾ ਕੇ ਮਾਰਿਆ, ਜਨਰਲ ਡਾਇਰ ਨੂੰ ਲੰਡਨ 'ਚ ਜਾ ਕੇ ਮਾਰਿਆ ਸੀ। ਇਹਨੂੰ ਕੀ ਕਹਿੰਦਾ, ਪੇਸ਼ੈਂਸ ਕਾ ਟੈਸਟ ਮੱਤ ਲਓ, ਕਹਿੰਦਾ ਮਤਲਬ ਇਹ ਬਦਲਾ ਲੈਣਗੇ। ਅਤੇ ਸਪੀਚ ਬਈ ਇਹ ਸਾਰੀ ਸੁਣਨ ਵਾਲੀ ਹੈ ਯਾਰ, ਮੈਂ ਸੁਣਨੀ ਚਾਹੁੰਦਾ ਹੈਗਾ ਇਹ ਬਾਈ ਬਣ ਕੇ, ਜਿਹਨੂੰ ਵੀ ਪਤਾ ਹੋਇਆ ਹੈ ਨਾ ਅਤੇ ਜਿਹੜਾ ਨਾ ਜਾਣਦਾ ਹੋਇਆ ਇਹਨਾਂ ਦਾ, ਅਤੇ ਜ਼ਰੂਰ ਦੱਸਿਓ ਬਾਈ ਮੈਨੂੰ, ਅਤੇ ਇਹ ਸਪੀਚ ਮੈਂ ਸੁਣਨੀ ਆ ਬਾਈ ਯਾਰ। ਅਤੇ ਬਾਕੀ ਬਈ ਯਾਰ ਜੇ ਗਾਣੇ ਦੀ ਗੱਲ ਕਰੀਏ ਬਈ, ਓਵਰਆਲ ਬਾਈ ਜਿੰਨਾ ਮਤਲਬ ਸੋਚਿਆ ਸੀਗਾ ਹੈ ਨਾ, ਉਹ ਤੋਂ ਮਤਲਬ ਉੱਪਰ ਆ ਗਾਣਾ, ਉਹ ਤੋਂ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦੇ 'ਚ ਕੁਛ ਕਮੀ ਰਹਿ ਗਈ, ਉਦੋਂ ਬਹੁਤ ਮਤਲਬ ਉੱਪਰ ਹੈਗਾ, ਐਕਸਪੈਕਟੇਸ਼ਨ ਤੋਂ ਉੱਪਰ ਗਿਆ ਕੰਮ। ਅਤੇ ਬਹੁਤ ਵਧੀਆ ਗਾਣਾ ਸੀਗਾ ਬਾਈ, ਬਹੁਤ ਜ਼ਿਆਦਾ ਮਤਲਬ ਵਧੀਆ ਗੱਲਾਂ ਕਹੀਆਂ ਗਈਆਂ ਸੀ, ਅਤੇ ਉਹ ਗੱਲਾਂ ਕਹੀਆਂ ਗਈਆਂ ਸੀਗੀਆਂ ਹੈ ਨਾ, ਅਤੇ ਵੀ ਜਿਹੜੀਆਂ ਮਤਲਬ ਆਮ ਬੰਦਾ ਮਤਲਬ ਯਾਰ ਨਹੀਂ ਕਹਿ ਸਕਦਾ ਹੈ ਨਾ, ਹੋਰ ਕੋਈ ਗਾਇਕ ਵੀ ਮੇਰੇ ਹਿਸਾਬ ਨਾਲ ਮਤਲਬ ਨਹੀਂ ਕਹਿ ਸਕਦਾ ਇਹ ਗੱਲਾਂ। ਅਤੇ ਜਿਗਰੇ ਵਾਲਾ ਬੰਦਾ ਹੀ ਲਿਖ ਸਕਦਾ ਬਾਈ ਕੁਛ, ਅਤੇ ਮਾੜੇ ਬੰਦੇ ਤੋਂ ਤਾਂ ਬਾਈ ਮਤਲਬ ਸਟੋਰੀ ਵੀ ਨਹੀਂ ਪੈਂਦੀ ਗੀ ਵੀ ਇਹ ਗਾਣਾ ਆਉਣ ਲੱਗਿਆ ਹੈ ਨਾ। ਜਿਹੜੇ ਜਿੰਨਾ ਮਸਲਿਆਂ 'ਤੇ ਮਤਲਬ ਯਾਰ ਕਿਸੇ ਨੂੰ ਕੁਛ ਪਤਾ ਹੀ ਨਹੀਂ ਸੀਗਾ ਹੈ ਨਾ, ਉਹਨਾਂ 'ਤੇ ਵੀ ਚਾਨਣਾ ਪਾਇਆ ਗਿਆ ਹੈ ਨਾ। ਜਿਵੇਂ ਹੁਣ ਯਾਰ ਭਾਈ ਮਤਲਬ ਜਿਹੜਾ ਬਲਵਿੰਦਰ ਸਿੰਘ ਜਟਾਣਾ ਜੀ ਸੀਗੇ ਹੈ ਨਾ, ਅਤੇ ਉਹਨਾਂ ਦਾ ਐਡਾ ਵੱਡਾ ਰੋਲ ਆ, ਐਡੀ ਵੱਡੀ ਕੁਰਬਾਨੀ ਆ ਉਹਨਾਂ ਦੀ ਹੈ ਨਾ, ਅਤੇ ਉਹਨਾਂ ਕਰਕੇ ਮਤਲਬ ਆਪਣਾ ਜਿਹੜਾ ਵਾਟਰ ਹੈਗਾ ਉਹ ਬਚ ਸਕਿਆ ਹੈ ਨਾ, ਅਤੇ ਆਪਣਾ ਪਾਣੀ ਬਚ ਸਕਿਆ ਹੈ ਨਾ, ਅਤੇ ਉਹਨਾਂ ਨੂੰ ਆਪਣੀ ਕੌਮ ਜਮ੍ਹਾਂ ਭੁੱਲ ਚੁੱਕੀ ਸੀ ਬਾਈ। ਤੁਹਾਨੂੰ ਸਹੀ ਗੱਲ ਦੱਸਾਂ ਮਤਲਬ ਮੈਨੂੰ, ਮੈਂ ਤੁਹਾਨੂੰ ਸੱਚੀ ਕਹਿੰਦਾ, ਮੈਨੂੰ ਵੀ ਨਹੀਂ ਸੀ ਪਤਾ ਹੈ ਨਾ, ਮੈਨੂੰ ਨਹੀਂ ਸੀ ਪਤਾ ਵੀ ਭਾਈ ਜਟਾਣਾ ਸਾਹਿਬ ਕੌਣ ਸੀਗੇ ਹੈ ਨਾ। ਅਤੇ ਕੱਲ੍ਹ ਮੈਂ ਜਦੋਂ ਖਬਰ ਦੇਖੀ ਹੈ ਨਾ, ਅਤੇ ਜੇ ਸਿੱਧੂ ਨਾ ਗਾਣਾ ਗਾਉਂਦਾ ਹੈ ਨਾ, ਗਾਣੇ 'ਚ ਨਾਂ ਜ਼ਿਕਰ ਕਰਦਾ ਤਾਂ ਹੋ ਸਕਦਾ ਬਾਈ ਆਪਾਂ ਨੂੰ ਨਾ ਪਤਾ ਲੱਗਦਾ। ਅਤੇ ਜਿਹੜਾ ਆਪਣਾ ਚੈਨਲ ਹੈਗਾ, ਮੈਂ ਚਾਹੁੰਦਾ ਵੀ ਇਹਦੇ ਮਾਧਿਅਮ ਨਾਲ ਜਿੰਨੇ ਕੁ ਬੰਦਿਆਂ ਤੱਕ ਮਤਲਬ ਆਪਾਂ ਪਹੁੰਚਾ ਸਕਦੇ ਹਾਂ ਇਹ ਗੱਲ, ਅਤੇ ਆਪਾਂ ਪਹੁੰਚਾਈਏ। ਅਤੇ ਮੈਂ ਕੀ ਬਾਈ ਹੋਰ ਵੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਨਾ, ਸਾਰੇ ਕਿਤੇ ਤੁਹਾਨੂੰ ਇਹਦੀ ਇਨਫੋਰਮੇਸ਼ਨ ਮਿਲ ਜੂਗੀ ਹੈ ਨਾ ਵੀ ਕੌਣ ਸੀਗੇ ਜਟਾਣਾ ਸਾਹਿਬ। ਅਤੇ ਬਹੁਤ ਵਧੀਆ ਗੱਲ ਆ ਬਾਈ, ਇਹੋ ਜਿਹੇ ਗੀਤ ਆਉਣੇ ਚਾਹੀਦੇ ਹੈਗੇ ਹੈ ਨਾ, ਅਤੇ ਜਿਹਦੇ ਨਾਲ ਬਾਈ ਮਤਲਬ ਆਪਣੇ ਜਿਹੜੇ ਨਵੇਂ ਮੁੰਡੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਇਹਨਾਂ ਚੀਜ਼ਾਂ ਦਾ ਹੈ ਨਾ। ਅਤੇ ਮਤਲਬ ਯਾਰ ਮੋਟਾ ਮੋਟਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ, ਪਰ ਡੈਪਥ ਦੇ ਵਿੱਚ ਬਾਈ ਮਤਲਬ ਇਹਨਾਂ ਗੱਲਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਅਤੇ ਬਾਕੀ ਰਹੀ ਬਾਈ ਬੰਦੀ ਸਿੰਘਾਂ ਦੀ ਗੱਲ ਹੈ ਨਾ, ਅਤੇ ਉਹਨਾਂ 'ਤੇ ਵੀ ਵੀਡੀਓ ਕੱਲ੍ਹ ਨੂੰ ਜ਼ਰੂਰ ਆਊਗੀ। ਜਿਵੇਂ ਸਿੱਧੂ ਬਾਈ ਨੇ ਗਾਣੇ ਦੇ ਵਿੱਚ ਕਿਹਾ ਵੀ ਸਾਡੇ ਮਤਲਬ ਜਿਹੜੇ ਬੰਦੀ ਸਿੰਘ ਹੈਗੇ ਹੈ ਨਾ, ਉਹਨਾਂ ਨੂੰ ਤੁਸੀਂ ਪਹਿਲਾਂ ਰਿਹਾਅ ਕਰੋ ਹੈ ਨਾ, ਵੀ ਕਿਉਂ ਕਿਹਾ ਗਾ ਅਤੇ ਉਹਨਾਂ ਨੂੰ ਸਰਕਾਰ ਰਿਹਾਅ ਕਿਉਂ ਨਹੀਂ ਕਰ ਰਹੀ, ਉਹਦੇ 'ਤੇ ਕੱਲ੍ਹ ਨੂੰ ਵੀਡੀਓ ਪੱਕਾ ਆਊਗੀ। ਅਤੇ ਉਹ ਵੀਡੀਓ ਦਾ ਲਿੰਕ ਬਾਈ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਕੱਲ੍ਹ ਨੂੰ ਜਦੋਂ ਵੀਡੀਓ ਬਣ ਗਈ ਉਦੋਂ ਬਾਅਦ 'ਚੋਂ ਇਹ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਉਹਦਾ ਲਿੰਕ ਮਿਲ ਜੂਗਾ, ਅਤੇ ਉਹ ਵੀਡੀਓ ਜ਼ਰੂਰ ਦੇਖਿਓ। ਅਤੇ ਉਹਦੇ 'ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਵੀ ਮਤਲਬ ਸਰਕਾਰ ਸਹੀ ਆ ਜਾਂ ਸਰਕਾਰ ਗਲਤ ਹੈਗੀ, ਕਿਉਂ ਨਹੀਂ ਛੱਡ ਰਹੀ ਅਤੇ ਬੰਦੀ ਸਿੰਘਾਂ ਨੂੰ। ਅਤੇ ਬਾਕੀ ਬਈ ਯਾਰ ਇਹ ਸੀ ਆਪਣੀ ਅੱਜ ਦੀ ਵੀਡੀਓ। ਗਾਣਾ ਬਈ ਗਾਣੇ ਦਾ ਕੋਈ ਜਵਾਬ ਨਹੀਂ, ਕੋਈ ਸ਼ਬਦ ਨਹੀਂ ਹੈਗਾ ਮੇਰੇ ਕੋਲ ਮਤਲਬ ਇਹ ਕਹਿਣ ਲਈ ਵੀ ਗਾਣੇ ਨੂੰ ਮਤਲਬ ਮੈਂ ਕਿਵੇਂ ਡਿਸਕ੍ਰਾਈਬ ਕਰਾਂ, ਕੀ ਕਹਾਂ ਮਤਲਬ ਯਾਰ ਤੁਹਾਨੂੰ ਹੈ ਨਾ, ਜਮ੍ਹਾਂ ਸਿਰਾ ਇੱਦੂ ਉੱਤੇ ਕੁਛ ਨਹੀਂ ਹੈਗਾ ਬਾਈ। ਇਹੋ ਜਿਹਾ ਮੈਂ ਗਾਣਾ ਸਿੱਧੂ ਬਾਈ ਦੇ ਮੂੰਹੋਂ ਵੀ ਨਹੀਂ ਸੁਣਿਆ ਹੈ ਨਾ, 295 ਗਾਣਾ ਸੁਣਿਆ ਸੀਗਾ ਨਾ, ਮੈਨੂੰ ਐਂ ਲੱਗਦਾ ਸੀ ਬਾਈ ਇਹ ਗਾਣਾ ਸਾਰਿਆਂ ਨਾਲੋਂ ਟੌਪ 'ਤੇ ਆ, ਪਰ ਬਾਈ ਜਿਹੜਾ ਆਹ ਗਾਣਾ, ਇਹ ਗਾਣੇ ਦਾ ਕੋਈ ਵੀ ਮੇਲ ਨਹੀਂ ਹੈਗਾ ਬਾਈ, ਬਹੁਤ ਜ਼ਿਆਦਾ ਘੈਂਟ ਗਾਣਾ ਗਾ। ਅਤੇ ਮਤਲਬ ਯਾਰ ਮੈਨੂੰ ਸਿਰਾ ਲੱਗਿਆ ਜਮ੍ਹਾਂ ਗਾਣਾ, ਅਤੇ ਗਾਣਾ ਸੁਣ ਕੇ ਮਤਲਬ ਯਾਰ ਐਂ ਫੀਲ ਹੋਇਆ ਵੀ ਹਾਂ, ਮਾਣ ਜਿਹਾ ਮਹਿਸੂਸ ਹੋਇਆ ਯਾਰ ਵੀ ਮਤਲਬ ਆਪਾਂ ਸਹੀ ਬੰਦੇ ਦੀ ਸਪੋਰਟ ਕਰਦੇ ਸੀਗੇ ਹੈ ਨਾ, ਸਿੱਧੂ ਬਾਈ ਦੀ ਆਪਾਂ ਸਪੋਰਟ ਕਰਦੇ ਸੀਗੇ, ਤਾਂ ਮਤਲਬ ਐਂ ਮਹਿਸੂਸ ਹੋਇਆ ਵੀ ਯਾਰ ਹਾਂ ਆਪਾਂ ਸਹੀ ਬੰਦੇ ਦੀ ਸਪੋਰਟ ਕਰਦੇ ਸੀਗੇ। ਬਹੁਤ ਮਤਲਬ ਸੋਹਣੀ ਚੀਜ਼ ਲਿਖਦਾ ਯਾਰ ਬੰਦਾ ਹੈ ਨਾ, ਮਤਲਬ ਦਿਲ ਵੀ ਸੀਗਾ ਬੰਦੇ ਦਾ ਯਾਰ, ਐਡਾ ਮਤਲਬ ਜਿਗਰਾ ਬਹੁਤ ਵੱਡਾ ਚਾਹੀਦਾ ਬਾਈ ਇਹ ਕੁਛ ਲਿਖਣ ਲਈ। ਅਤੇ ਬਸ ਇਹੀ ਸੀ ਬਾਈ ਅੱਜ ਦੀ ਵੀਡੀਓ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦਿਓ। ਸਬਸਕ੍ਰਾਈਬ ਕਰਿਓ ਨਾ ਕਰਿਓ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਕਮੈਂਟ ਕਰਕੇ ਬਾਈ ਜ਼ਰੂਰ ਆਪਦੇ ਵਿਚਾਰ ਦਿਓ ਬਾਈ ਇਹ ਗਾਣੇ ਦੇ ਬਾਰੇ, ਅਤੇ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਬਾਈ ਉਹ ਵੀ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਹੈ ਨਾ। ਅਤੇ ਬਾਕੀ ਇਹ ਸੀ ਆਪਣੀ ਅੱਜ ਦੀ ਵੀਡੀਓ, ਅਤੇ ਫਿਰ ਮਿਲਦੇ ਨਵੀਂ ਵੀਡੀਓ ਦੇ ਨਾਲ। ਟਾਟਾ, ਬਾਏ ਬਾਏ, ਗੁੱਡ ਨਾਈਟ। Sons steadily.